ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਦੁਨੀਆ ਭਰ ਦੇ ਕੋਨੇ ਕੋਨੇ ਵਿੱਚੋਂ ਆਪ ਮਹਾਰੇ ਚੱਲ ਕੇ ਆਈਆਂ, ਦੂਰ ਦੁਰਾਡੇ ਤੋਂ ਆਪੋ ਆਪਣੇ ਸਾਧਨਾ ਦੇ ਗੁਰੂ ਸਾਹਿਬ ਦਾ ਦਰਦ ਆਪਣੇ ਮਨਾਂ ਦੇ ਵਿੱਚ ਲੈ ਕੇ, ਸਮੁੱਚੀ ਸੰਗਤ ਦਾ ਦਰਦ ਆਪਣੇ ਮਨਾਂ ਦੇ ਵਿੱਚ ਲੈ ਕੇ, ਸਤਿਕਾਰਯੋਗ ਸਿੱਖ ਸੰਗਤਾਂ ਲੰਬੀ ਤਾਦਾਦ ਦੇ ਵਿੱਚ ਮੇਰੀਆਂ ਮਾਤਾਵਾਂ ਭੈਣਾਂ ਤੇ ਅੱਜ ਆਪਣੇ ਮਨਾਂ ਦੇ ਵਿੱਚ ਦਰਦ ਸਮੋਏ ਹੋਏ ਸਾਰੀਆਂ ਹੀ ਧਾਰਮਿਕ ਸੰਸਥਾਵਾਂ ਦੇ ਤੇ ਰਾਸੀ ਸੰਸਥਾਵਾਂ ਦੇ ਆਗੂ ਸਾਹਿਬਾਨ ਆਪਣੇ ਆਪਣੇ ਪੋਲੀਟੀਕਲ ਮਕਸਦਾਂ ਤੋਂ ਉੱਪਰ ਉੱਠ ਕੇ ਅੱਜ ਇਸ ਇਕੱਠ ਦੇ ਵਿੱਚ ਪਹੁੰਚੇ ਹੋ। ਸਭ ਤੋਂ ਪਹਿਲਾਂ ਫਤਿਹ ਬੁਲਾਉਂਦੀ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਮੇਰੇ ਤੋਂ ਬੋਲਣ ਤੋਂ ਪਹਿਲਾਂ ਸਾਡੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਪਾਰਟੀ ਵੱਲੋਂ ਹਾਜ਼ਰੀ ਲਵਾਈ ਸੀ, ਪਰ ਸਟੇਜ ਤੋਂ ਹੁਕਮ ਹੋਏ ਕਿ 2 ਮਿੰਟ ਮੈਂ ਵੀ ਸਿੱਖ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਾਂ। ਪਹਿਲਾਂ ਤਾਂ ਇੱਕ ਗੱਲ, ਸੰਗਤਾਂ ਨੂੰ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਦੱਸ ਦੇਣਾ ਚਾਹੁੰਦੀ ਹਾਂ ਕਿ ਅੱਜ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਸਾਰੇ MLA ਸਾਹਿਬਾਨ ਗੁਰੂ ਸਾਹਿਬ ਦਾ ਦਰਦ ਲੈ ਕੇ ਇੱਥੇ ਪੰਡਾਲ ਦੇ ਵਿੱਚ ਪਹੁੰਚੇ ਨੇ। ਔਰ ਇਹ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਕਿ ਸਾਡਾ ਅੱਜ ਇੱਥੇ ਆਉਣਾ ਕੋਈ ਪੋਲੀਟੀਕਲ ਮਕਸਦ ਨਹੀਂ ਆ, ਕਿਸੇ ਪੋਲੀਟੀਕਲ ਮਕਸਦ ਨੂੰ ਲੈ ਕੇ ਅੱਜ ਅਸੀਂ ਇੱਥੇ ਨਹੀਂ ਹਾਜ਼ਰ ਹੋਏ, ਕਿਉਂਕਿ ਅਸੀਂ ਵੀ ਅੱਜ ਇਸ ਸੰਗਤ ਦਾ ਹਿੱਸਾ ਆ, ਸਾਨੂੰ ਵੀ ਗੁਰੂ ਸਾਹਿਬ ਨਾਲ ਓਨਾ ਹੀ ਪਿਆਰ ਆ। ਅੱਜ ਉਸ ਗੁਰੂ ਸਾਹਿਬ ਦੀ ਆਣ ਨੂੰ, ਗੁਰੂ ਸਾਹਿਬ ਦੀ ਸ਼ਾਨ ਨੂੰ ਸਮਰਪਿਤ ਹੋ ਕੇ ਅੱਜ ਇਸ ਸੰਗਤ ਦੇ ਵਿੱਚ ਇਕੱਠੇ ਹੋਏ ਆ। ਔਰ ਜਿਵੇਂ ਜਿਵੇਂ ਸੰਗਤਾਂ ਬੜੀਆਂ ਡਿਊਟੀ ਲੱਗੀ ਆ, ਜਿਵੇਂ ਜਿਵੇਂ ਸਿੱਖ ਪੰਥ ਬੜੀਆਂ ਡਿਊਟੀ ਲੱਗੀ ਆ, ਮੁੜ ਕਦੀਮ ਤੋਂ ਲੈ ਕੇ ਵੱਡ ਵਡੇਰਿਆਂ ਤੋਂ ਲੈ ਕੇ ਮੇਰੇ ਬਜ਼ੁਰਗਾਂ ਤੋਂ ਲੈ ਕੇ ਕਦੇ ਵੀ ਸਿੱਖ ਪੰਥ ਦੀ ਸੇਵਾ ਨਿਭਾਉਣ ਤੋਂ ਪਿੱਛੇ ਨਹੀਂ ਹਟੇ ਆ। ਔਰ ਅੱਜ ਫਿਰ ਇਸ ਗੱਲ ਨੂੰ ਕਬੂਲ ਕਰਦੇ ਆ ਕਿ ਜਿੱਥੇ ਜਿੱਥੇ ਵੀ ਹੁਕਮ ਹੋਣਗੇ, ਜਿੱਥੇ ਜਿੱਥੇ ਵੀ ਗੁਰੂ ਸਾਹਿਬ ਆਪਣੀ ਸੇਵਾ ਲੈਣਗੇ ਜਾਂ ਜਿੱਥੇ ਜਿੱਥੇ ਵੀ ਸੰਗਤਾਂ ਸੇਵਾ ਲੈਣਗੀਆਂ, ਗੁਰੂ ਸਾਹਿਬ ਦੀ ਆਣ ਸ਼ਾਨ ਨੂੰ ਬਰਕਰਾਰ ਰੱਖਦੇ
ਫਿਰ ਅਸੀਂ ਆਪਣੇ ਆਪ ਨੂੰ ਕਬੂਲ ਕਰਦੇ ਹਾਂ। ਸਾਨੂੰ ਇੱਥੇ ਪੋਲੀਟੀਕਲ ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਸਾਨੂੰ
ਇਨਸਾਫ ਚਾਹੀਦਾ ਆ ਸਾਨੂੰ, ਗੁਰੂ ਸਾਹਿਬ ਦਾ ਇਨਸਾਫ ਚਾਹੀਦਾ, ਸਾਨੂੰ ਸਿੱਖ ਸੰਗਤ ਦਾ ਇਨਸਾਫ ਚਾਹੀਦਾ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਸਿੱਖ ਸੰਗਤ ਨੂੰ ਇਸ ਗੱਲ ਦਾ ਭਰੋਸਾ ਦਵਾਉਣੀ ਆ ਕਿ ਬਹੁਤ ਸਾਰੀਆਂ ਇਧਰੋਂ ਉਧਰੋਂ ਗੱਲਾਂ ਬਾਤਾਂ ਨਿਕਲ ਕੇ ਆਉਂਦੀਆਂ ਨੇ, ਕਿਰਪਾ ਕਰਕੇ ਉਹਨਾਂ 'ਚ ਯਕੀਨ ਨਾ ਕਰਿਓ। ਉਹ ਪਹਿਲਾਂ ਅਸੀਂ ਗੁਰੂ ਨੂੰ ਸਮਰਪਿਤ ਆ, ਗੁਰੂ ਦੇ ਲਈ ਅਸੀਂ ਹਰ ਕੁਰਬਾਨੀ ਦੇਣ ਲਈ ਤਿਆਰ ਆ। ਜਿੱਥੇ ਸਿੱਖ ਸੰਗਤਾਂ ਸਾਡੀ ਡਿਊਟੀ ਲਾਉਣਗੀਆਂ, ਅਸੀਂ ਗੁਰੂ ਦੇ ਲਈ ਪਹਿਲ ਦੇ ਆਧਾਰ ਤੇ ਪਹਿਲਾਂ ਸੰਗਤਾਂ ਦੀ ਡਿਊਟੀ ਨੂੰ ਪ੍ਰਵਾਨ ਕਰਾਂਗੇ। ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।